ਹਾਂਜੀ ਗੁਰਪ੍ਰੀਤ ਭਾਈ ਹੈਲੋ ਬਾਜੀ ਜੀ ਬਾਜੀ ਕੀ ਕਹਿਣਾ ਚਾਹਗੇ ਆਖਰੀ ਕਾਲ ਹੈ ਹਾਂਜੀ ਪਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੁਹਾਨੂੰ ਮੈਂ ਬਹੁਤ ਲਾਈਕ ਕਰਦਾ ਤੇ ਗੱਲ ਪਾਜੀ ਨੂੰ ਵੀ ਅੱਛਾ ਬਹੁਤ ਸ਼ੁਕਰੀਆ ਤੁਹਾਡਾ ਫਿਰ ਬਹੁਤ ਸ਼ੁਕਰੀਆ ਤੁਹਾਡਾ ਜੀ ਓਦਾਂ ਮੈਂ ਸਿੱਖ ਫੈਮਲੀ ਚ ਆ ਪਰ ਮੈਂ ਵੀ ਹੁਣ ਏਥੀਸਟਾਂ ਜਿੱਦਾਂ ਕਿ ਮੈਂ ਵੀ ਹੁਣ ਮੰਨਦਾ ਨਹੀਂ ਹੈਗਾ ਨਾ ਮੈਂ ਗੁਰਦੁਆਰੇ ਜਾਂ ਨਾ ਤਦ ਤੁਸੀਂ ਮੈਂ ਕਿਹਾ ਤੁਸੀਂ ਦਾੜੀ ਵੀ ਮੁੰਡਾਤੀਏ ਤੇ ਤੁਸੀਂ ਪਗੜ ਤੇ ਜੇਗਾ ਵੀ ਨਹੀਂ ਪਾ ਲਈਏ ਤਾਂ ਤੁਸੀਂ ਕਿਸੇ ਸੇਫ ਜਗ੍ਹਾ ਤੇ ਰਹਿੰਦੇ ਹੋ ਰਗਾ ਕੋਈ ਖਤਰਾ ਨਹੀਂ ਹਾਂਜੀ ਦੇ ਤਾਂ ਕੋਈ ਖਤਰਾ ਖੁਤਰਾ ਤਾਂ ਕੋਈ ਤੁਹਾਨੂੰ ਨਹੀਂ ਹੁੰਦਾ ਕਿਉਂਕਿ ਅਸੀਂ ਸਾਨੂੰ ਨਹੀਂ ਨਹੀਂ ਮੈਂ ਤਾਂ ਘਰੇ ਵੀ ਦੱਸਿਆ ਮੈਂ ਤਾਂ ਸਾਰਿਆਂ ਨੂੰ ਤਾਂ ਸਭ ਠੀਕ ਹੈ ਹਾਂਜੀ ਹਾਂਜੀ ਸਭ ਠੀਕ ਹੈ ਸਾਡਾ ਕੋਈ ਨਾ ਮਸਲਾ ਨਹੀਂ ਹੈ ਕੋਈ ਹਾਂਜੀ ਚਲੋ ਆ ਤਾਂ ਬੜੀ ਚੰਗੀ ਗੱਲ ਹੈ ਫਿਰ ਤੇ ਤੁਸੀਂ ਤੁਸੀਂ ਆਪਣਾ ਦੱਸੋ ਤੁਹਾਨੂੰ ਕੁਕ ਜੇ ਅਸੀਂ ਵੇਖਿਆ ਕਿ ਸਿੱਖ ਸਿੱਖਿਜ਼ਮ ਵੀ ਜਿਹੜੀ ਹੈਗੀ ਹੈ ਇੱਕ ਖੁਦਾ ਦੀ ਗੱਲ ਕਰਦੀ ਹੈ ਲੋਕੀ ਬੜੇ ਸਖਤ ਹੁੰਦੇ ਨੇ ਉਹ ਵੀ ਤੇ ਤੁਸੀਂ ਕਿਵੇਂ ਤੁਹਾਡਾ ਦਿਮਾਗ ਕਿਵੇਂ ਪਲਟਿਆ ਮੈਂ ਤੁਹਾਨੂੰ ਦੇਖ ਦੇਖ ਕੇ ਭਾਜੀ ਪਹਿਲਾਂ ਮੈਂ ਵੀ ਕਟੜੀ ਸੀਗਾ ਜਿੱਦਾਂ ਕਿ ਇਹ ਬਲੀਵ ਕਰਦਾ ਸੀਗਾ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਕਰਦਾ ਉਹਨੂੰ ਮਾਰ ਦੇਣਾ ਚਾਹੀਦਾ ਹਾਂਜੀ ਪਰ ਹੁਣ ਮੇਰਾ ਬਹੁਤ ਜਿੱਦਾਂ ਹੁਣ ਜਿਹੜਾ ਨੇ ਗਾਣੇ ਕੀਤਾ ਜਿੱਦਾਂ ਦੋ ਉਹਦੋਂ ਇੱਕ ਮੈਨੂੰ ਕਿੱਲ ਕੀਤਾ ਉਹ ਬਹੁਤ ਜਿੱਦਾਂ ਰੰਗ ਕੀਤਾ 골ਡਨ ਐਂਜਲ ਜਿਹਦੇ ਹੱਥ ਪੈਰ ਕੱਟੇ ਸੀ ਜਿਹਦੇ ਮੁੰਡੇ ਜਿਹਦੇ ਹੱਥ ਪੈਰ ਕੱਟੇ ਭਾਜੀ ਹਾਂ ਕੋਈ ਵੀ ਗੱਲ ਹੋਵੇ ਜਿੱਦਾਂ ਅ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਸਾਰੇ ਜਿੱਦਾਂ ਧਰਮ ਤੁਰਮ ਸਾਰੇ ਥੱਲੇ ਹੀ ਆ ਹਾਂ ਵੇਖ ਲੋ ਇਹ ਇਹ ਸਾਰੇ ਉਹਨਾਂ ਦੇ ਵਾਸਤੇ ਲੈਸਨ ਹੈਗਾ ਜਿਹੜੇ ਤੁਹਾਡੇ ਜਿੰਨੇ ਵੀ ਕਟਰਤਾ ਦੇ ਚਾਹੇ ਮੁਮਿਨ ਹੋਣ ਚਾਹੇ ਸਿੱਖ ਹੋਣ ਚਾਹੇ ਤਨੇਯੋਂ ਹਿੰਦੂਤਵਾਦੀ ਲੋਗਾਂ ਤੇ ਜਿਹੜੇ ਵੀ ਹੋਣ ਐ ਸਾਰੇ ਉਹਨਾਂ ਦੇ ਵਾਸਤੇ ਲੈਸਨ ਹੈਗਾ ਕਿ ਜਦੋਂ ਤੁਸੀਂ ਇਹੋ ਜਿਹੀ ਹਰਕਤਾਂ ਕਰਦੇ ਹੋ ਨਾ ਉਹ ਵੱਡਦੇ ਆਂਗੇ ਤੇ ਉਹਦਾ ਨਤੀਜਾ ਵੇਖੋ ਕੀ ਨਿਕਲਦਾ ਇਹ ਉਹ ਦੁਨੀਆ ਨਹੀਂ ਹੈਗੀ ਐ 21ਵੀਂ ਸਦੀ ਉਹ ਦੁਨੀਆ ਨਹੀਂ ਕਿ ਜਿਵੇਂ ਤੁਸੀਂ ਲੋਕਾਂ ਨੂੰ ਡਰਾ ਧਮਕਾ ਕੇ ਜ਼ੁਲਮ ਨਾਲ ਖੂਨ ਵਖਾ ਕੇ ਤੁਸੀਂ ਲੋਕਾਂ ਦੇ ਦਿਲ ਤੁਸੀਂ ਡਰਾ ਤੇ ਦਬੋਗੇ ਥੋੜੀ ਦੇਰ ਵਾਸਤੇ ਲੇਕਿਨ ਉਹ ਮਾਂ ਡਰਦੀਆਂ ਨਹੀਂ ਐ ਜਿ ਨਜ਼ਰੀਆਤ ਕਦੇ ਨਹੀਂ ਡਰਦੇ ਹੁੰਦੇ ਤੇ ਤੁਸੀਂ ਜੋ ਜੇ ਡਰਾ ਕਿ ਕਿਸੇ ਦਾ ਮਨ ਨਹੀਂ ਚੇਂਜ ਕਰ ਦੈਲ ਨਹੀਂ ਚੇਂਜ ਕਰ ਸਕਦੇ ਹੈ ਕਿ ਜੇ ਕਿਸੇ ਦੇ ਫਿਰ ਲੋਕ ਉਸ ਤੋਂ ਖਿਲਾਫ ਹੀ ਖੜੇ ਹੁੰਦੇ ਹੈ ਜੇ ਕੋਈ ਇਦਾਂ ਦਾ ਕਰਦਾ ਹੈ ਨਾ ਸਹੀ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਉਹ ਬਹੁਤ ਕੰਡੈਮ ਕਰਦਾ ਕਿ ਕਿਸੇ ਹਿਊਮਨ ਦੀ ਲਾਈਫ ਨੂੰ ਜਿੱਦਾਂ ਲੈਣਾ ਜਾਂ ਕਿਲ ਕਰਨਾ ਕਿਸੇ ਨੂੰ ਬਹੁਤ ਰੋਂਗ ਹੈ ਜਿੱਦਾਂ ਕਿ ਕਮਿਊਨਿਟੀ ਸਭ ਤੋਂ ਜਿੱਦਾਂ ਉੱਪਰ ਹੋਣੀ ਚਾਹੀਦੀ ਹੈ ਹਾਂ ਤੇ ਬਿਲਕੁਲ ਸਹੀ ਗੱਲ ਤੁਹਾਡੀ ਐਂਜੀ ਹੋਣਾ ਚਾਹੀਦਾ ਤੇ ਇਹ ਇਹਨਾਂ ਦੇ ਵਾਸਤੇ ਆਉਂਦੇ ਆ। ਮੈਂ ਫਸਟ ਟਾਈਮ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਨੂੰ ਮੈਂ ਸੁਣਦਾ ਤੇ ਮੈਨੂੰ ਜਿੱਦਾਂ ਬਹੁਤ ਲੌਂਗ ਟਾਈਮ ਹੋ ਗਿਆ ਤੇ ਹਾਂਜੀ ਚਲੋ ਬਹੁਤ ਵਧੀਆ ਚੈਨਲ ਬਣਾਉਣ ਤੋਂ ਪਹਿਲਾਂ ਤਾਂ ਸੁਣਦਾ ਮੈਂ ਤੁਹਾਨੂੰ ਪੰਜੀ ਪੁਰਾਣੇ ਵਾਲੇ ਪਾਕਿਸਤਾਨੀ ਮੌਲਦ ਹੁੰਦਾ ਹੈ। ਹਾਂਜੀ ਪੁਰਾਣੇ ਵਾਲੇ ਤੋਂ ਹਾਂਜੀ ਪਰ ਮੈਂ ਕਦੇ ਜਿੱਦਾਂ ਹੋਇਆ ਨਹੀਂਗਾ ਕਾਲ ਕਰਾਂ ਮੈਂ ਅੱਜ ਬੈਠ ਬੈਠਨੇ ਵਿੱਚ ਚਲ ਭਾਜੀ ਨਾਲ ਗੱਲ ਕਰਦਾ। ਥੈਂਕ ਯੂ ਦਟ ਲੈਂਡ ਲਾਈਕ ਮੈਂ ਬਹੁਤ ਸ਼ੁਕਰ ਹੈ ਤੁਹਾਡਾ ਬੜੀ ਖੁਸ਼ੀ ਤੁਹਾਡੇ ਲੋਕਾਂ ਦੇ ਜਿਨੇ ਲੋਕ ਹੀ ਸੁਣ ਰਹੇ ਨੇ ਹਮੇਸ਼ਾ ਮੈਂ ਕਵਾਂਗਾ ਕਿ ਮੈਨੂੰ ਲੈਟਰ ਵੀ ਭੇਜਿਆ ਕਰੋ ਕਿ ਜੇ ਤੁਹਾਡਾ ਦਿਮਾਗ ਬਦਲ ਗਿਆ ਮੇਰੀ ਵਜ੍ਹਾ ਤੋਂ ਤੇ ਉਹ ਤੁਹਾਡੀ ਵਜ੍ਹਾ ਤੋਂ ਹਾਂਜੀ ਪਹਿਲਾਂ ਮੈਂ ਤੁਹਾਨੂੰ ਸੁਣਨਾ ਸਟਾਰਟ ਕੀਤਾ ਗੱਲ ਭਾਜੀ ਤਾਂ ਫਿਰ ਬਾਅਦ ਦੇ ਵਿੱਚ ਤੁਹਾਡੇ ਤੋਂ ਪਤਾ ਲੱਗਿਆ ਉਹਨਾਂ ਬਾਰੇ ਹਾਂਜੀ ਹਾਂ ਤੇ ਐਂਜੀ ਤੇ ਮੈਂ ਉਹੀ ਕਹਿ ਰਿਹਾ ਜਿਹੜੇ ਲੋਕ ਹੀ ਸੁਣ ਰਹੇ ਨੇ ਤੁਸੀਂ ਮੈਨੂੰ ਲੈਟਰ ਵੀ ਭੇਜਿਆ ਕਰੋ ਤੇ ਕਾਲ ਤੇ ਆ ਕੇ ਦੱਸਿਆ ਵੀ ਕਰੋ ਕਿ ਬਦਲ ਕੇ ਕਿ ਆਇਆ ਇਹਨਾਂ ਨੂੰ ਬੜੀ ਮੈਂ ਤੁਹਾਨੂੰ ਦੱਸ ਰਿਹਾ ਨਾ ਲੋਕਾਂ ਦਾ ਹੌਸਲਾ ਬੜਾ ਬੰਦ ਆ ਲੋਕੀ ਬੜਾ ਖੁਸ਼ ਹੁੰਦੇ ਨੇ ਲੋਕਾਂ ਨੂੰ ਅ ਇਸ ਚੀਜ਼ ਦਾ ਉਹਨਾਂ ਨੂੰ ਕੰਫਰਟ ਮਿਲਦੀ ਹੈ ਕਿ ਤੁਸੀਂ ਇਕੱਲੇ ਨਹੀਂ ਹੈਗੇ ਹੋ ਤੇ ਇਹ ਬੜੀ ਜ਼ਰੂਰੀ ਹੈਗਾ ਇਹ ਕੰਮ ਕਰਨਾ ਤੇ ਚਲੋ ਬਹੁਤ ਸ਼ੁਕਰੀਆ ਤੁਹਾਡਾ ਹਾਂ ਦਾ ਥੈਂਕ ਯੂ ਭਾਜੀ ਥੈਂਕ ਯੂ ਲੈਂਡਲਾਈ ਬਹੁਤ ਸ਼ੁਕਰੀਆ ਤੁਹਾਡਾ ਓਕੇ Okay. इस पे इस पे मैं भी ये कहना चाहूंगा कि हारिस ये आपके लिए मतलब मैं कोई आपकी वो नहीं कर रहा लेकिन ले, नहीं नहीं, नहीं, नहीं। <laughs> ये 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 एक बड़ी विंडिकेशन मैं इसको कहूंगा विंडिकेशन कहूंगा कि आपका जो पैगाम है ना ये जो जो लोग आप इल्जाम लगाते हैं ना कि ये किसी चीज किसी पर्टिकुलर आइडिया के खिलाफ होता है ये वो आप ये देखें कि आपका 90 टू 95 फाइव परसेंट कॉन्टेंट होता तो मतलब इस्लाम के रिलेटेड ही है उसकी डिपेंड करता लेकिन वो क्योंकि वो उसकी बेसिस रैशनल है तो वो जरूरी नहीं कि वो मुस्लिम और ए, उस, उसके टारगेट ऑडियंस हो दूसरे मजाहिब के भी लोग जब उन उन्हीं चीजों को उन्हीं आर्ग्यूमेंट्स को अप्लाई करेंगे अपने डॉगमास पे अपने बिलीफ के तो फिर वो भी आपसे इस्तः हासिल कर सकते हैं तो ये आपके आपके काम की ऑनेस्टी का ये एक मुंह बोलता सबूत है जब इवन नॉन मुस्लिम आपने आपके कई लोग आए हैं आपको बताया कि वो हिंदू थे या सिख थे या आज भाई आए हैं तो ये ये बड़ी जबरदस्त बात है बहुत खुश आइंदा ये बात बहुत लोगों ने सही कहा आपने बहुत लोग ऐसे हैं जो ये मेरी अक्सर वीडियोस आती हैं कि इस हिंदू ने हारिस को सुनकर इस्लाम हिंदुजम छोड़ दिया तो बड़ी ताप चढ़ती है इनका सही बात की है कि ये आर्ग्यूमेंट यूनिवर्सल आर्गुमेंट हर जगह अप्लाई करते हैं अगर उड़न खोते के ऊपर करते हैं तो उड़न बांदर के ऊपर भी करते हैं अगर गांव मूत्र के ऊपर के ऊपर करते हैं तो गांव के मूत्र के ऊपर भी करते हैं ऑल ऑफ़ थिंग्स ऑब्वियसली हैंड हैंड इन मेरे इस नेक काम को जारी रखने के लिए मुझे पेपैल या पेटीएम पे, पे जरूर सपोर्ट कीजिए ताकि मैं अपना पैगाम ज्यादा से ज्यादा लोगों तक पहुंचा सकूँ